ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੇ ਅਨੋਖਾ ਤਰੀਕਾ ਅਪਣਾਉਂਦੇ ਹੋਏ ਪਿੰਡ ਦੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਅਤੇ ਨਸ਼ੇ ਤੋਂ ਦੂਰ ਰੱਖਣ ਲਈ ਪਿੰਡ ਦੀਆਂ ਕੰਧਾਂ ਤੇ ਮਸ਼ਹੂਰ ਕਵੀਆਂ ਅਵਤਾਰ ਪਾਸ਼, ਇਨਕਲਾਬੀ ਲੇਖਕ ਬਾਬਾ ਨਜ਼ਮੀ, ਮੈਕਸਿਕ ਗੋਰਕੀ ਸੁਰਜੀਤ ਪਾਤਰ, ਟੈਰੀ ਫੌਕਸ ਆਦਿ ਦੀਆਂ ਤਸਵੀਰਾਂ ਬਣਾਈਆਂ ਅਤੇ ਉਹਨਾਂ ਦੀ ਜ਼ਿੰਦਗੀ ਉੱਤੇ ਆਧਾਰਿਤ ਛੋਟੀਆਂ ਕਹਾਣੀਆਂ ਵੀ ਲਿਖੀਆਂ। ਸ਼ੁਰੂਆਤੀ ਦੌਰ ਵਿੱਚ ਪਿੰਡ 'ਚ ਵੱਖ ਵੱਖ 10 ਮਸ਼ਹੂਰ ਕਵੀਆਂ ਅਤੇ ਸਾਹਿਤਕਾਰਾਂ ਦੀਆਂ ਪੇਂਟਿੰਗਾਂ ਬਣਾਈਆਂ ਗਈਆਂ ਅਤੇ ਅੱਗੇ ਵੀ ਇਹ ਉਪਰਾਲਾ ਜਾਰੀ ਰਹੇਗਾ। ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਇਹ ਕੋਸ਼ਿਸ਼ ਸਤੰਬਰ ਮਹੀਨੇ ਵਿੱਚ ਇਨਕਲਾਬੀ ਕਵੀ ਪਾਸ਼ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਦੇ ਹੋਏ ਕੀਤੀ ਗਈ। ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੋਬਾਈਲ ਦਾ ਯੁੱਗ ਹੋਣ ਕਾਰਨ ਅੱਜ ਦੀ ਪੀੜ੍ਹੀ ਕਿਤਾਬਾਂ ਅਤੇ ਸਾਹਿਤ ਤੋਂ ਦੂਰ ਹੋ ਰਹੀ ਹੈ। ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਅਤੇ ਪੰਜਾਬ ਦੇ ਸਾਹਿਤ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਐਕਚੁਅਲੀ ਗੱਲ ਇਹ ਹੈ ਜੀ, ਪੇਂਟਿੰਗਾਂ ਦਾ ਮੇਰਾ ਸ਼ੌਂਕ ਆ, ਪੇਂਟਿੰਗਾਂ ਬਣਾ ਰਿਹਾ ਮੈਂ ਅਤੇ ਦਵਾਨਾ ਲਾਇਬ੍ਰੇਰੀ ਵੱਲੋਂ ਮੈਂ ਇੱਥੋਂ ਦਾ ਪਾਠਕ ਹਾਂ। ਜਦੋਂ ਸਟਾਰਟ ਕੀਤੀ ਸੀ ਲਾਇਬ੍ਰੇਰੀ ਸੀ ਇਕੱਠੀ ਸੀਗੇ, ਤਾਂ ਇਹਨਾਂ ਵੀਰਾਂ ਨੇ ਇਹ ਕਿਹਾ ਸੀਗਾ ਵੀ ਆਪਾਂ ਵੀ ਪਿੰਡ ਪਿੰਡ, ਕਿਉਂਕਿ ਇੱਧਰ ਭਾਈ ਦੇਸਾ ਪਿੰਡ ਦੇ ਵਿੱਚ ਪੇਂਟਿੰਗਾਂ ਬਣੀਆਂ ਹੋਈਆਂ ਇਹ ਉੱਥੇ ਦੇਖੀਆਂ ਸੀ ਅਸੀਂ, ਤਾਂ ਕਰਕੇ ਅਸੀਂ ਪ੍ਰਣ ਲਿਆ ਵੀ ਆਪਾਂ ਸਾਰੇ ਆਪਣੇ ਇਲਾਕੇ ਦੇ ਵਿੱਚ ਪੇਂਟਿੰਗਾਂ ਬਣਾਵਾਂਗੇ। ਤਾਂ ਕਰਕੇ ਅਸੀਂ ਜਿਵੇਂ ਕਿ ਅਵਤਾਰ ਸਿੰਘ ਸੰਧੂ ਪਾਸ ਜੀ ਦਾ ਕੱਲ੍ਹ ਜਨਮ ਦਿਹਾੜਾ ਸੀਗਾ, ਤਾਂ ਉਹਦੇ ਸਮਰਪਿਤ ਅਸੀਂ ਇਹ ਪੇਂਟਿੰਗ ਬਣਾਈ, ਜਿਹਦੇ ਵਿੱਚ ਤੁਸੀਂ ਪਿੱਛੇ ਸ਼ੇਅਰ ਦੇਖ ਲਓਗੇ, ਸਭ ਤੋਂ ਖਤਰਨਾਕ ਹੁੰਦੇ ਸਾਡੇ ਸੁਪਨਿਆਂ ਦਾ ਮਰ ਜਾਣਾ। ਅਤੇ ਇੱਦਾਂ ਹੀ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਿਹੜਾ ਆ ਰਿਹਾ ਦਿਨ, ਉਹਦੇ ਵਾਸਤੇ ਅਸੀਂ ਬਣਾ ਰਹੇ ਹਾਂ ਇੱਕ ਬਹੁਤ ਵੱਡੀ ਪੇਂਟਿੰਗ ਬਣਾ ਰਹੇ ਹਾਂ। ਜਿਵੇਂ ਕੁਝ ਕੁ ਜਿਵੇਂ ਟੈਰੀ ਫੌਕਸ ਹੋ ਗਿਆ, ਉਹਨਾਂ ਦੀ ਬਹੁਤ ਵੱਡੀ ਦੇਣ ਆ ਗਈ ਸਮਾਜ ਨੂੰ, ਤਾਂ ਅਸੀਂ ਉਹ ਪੇਂਟਿੰਗ ਵੀ ਬਣਾਈ। ਅਤੇ ਇਸ ਪਿੰਡ ਦੇ ਵਿੱਚ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਵਧੀਆ, ਅਤੇ ਸਭ ਇਹ ਡਿਮਾਂਡ ਕਰ ਰਹੇ ਆ ਕਿ ਸਾਡੇ ਘਰਾਂ ਦੇ ਵਿੱਚ ਵੀ ਉਹ ਥਾਂ ਵੀ ਆਪਦਾ ਦੇ ਰਹੇ ਆ ਕਿ ਅਸੀਂ ਸਫਾਈ ਕਰਵਾਉਣ ਨਾਲ ਵੀ ਸਾਡੇ ਪੇਂਟਿੰਗਾਂ ਬਣਾਓ। ਅਤੇ ਇਸ ਪਿੰਡ ਤੋਂ ਇਲਾਵਾ ਨੇੜੇ ਤੇੜੇ ਦੇ ਵੀ ਪਿੰਡਾਂ ਦੇ ਵਿੱਚੋਂ ਵਧੀਆ ਰਿਸਪੌਂਸ ਮਿਲ ਰਿਹਾ, ਜੋ ਇੱਥੇ ਬਕਾਇਦਾ ਆ ਕੇ ਪੇਂਟਿੰਗਾਂ ਦੇਖਦੇ ਵੀ ਨੇ, ਅਤੇ ਨਾਲ ਇਹ ਵੀ ਪੁੱਛਦੇ ਨੇ ਵੀ ਜੇ ਤੁਸੀਂ ਸਾਡੇ ਬਣਾਓਗੇ ਤਾਂ ਉਸ ਢੰਗ ਨਾਲ ਉਹ ਕਲੱਬਾਂ ਨਾਲ ਵਿਚਾਰ ਵੀ ਕਰ ਰਹੇ ਨੇ ਗੇ। ਅਸੀਂ ਜੀ ਇਹ ਪੇਂਟਿੰਗਾਂ 10 ਕੁ ਦਾ ਉਪਰਾਲਾ ਕਰਿਆ ਪਿੰਡ ਦੇ ਵਿੱਚ, ਅਤੇ ਅਲੱਗ ਅਲੱਗ ਜਗ੍ਹਾ 'ਤੇ ਪਿੰਡ ਦੇ ਵਿੱਚ ਬਣਾ ਰਹੇ ਹਾਂ। ਪੂਰੇ ਪਿੰਡ ਨੂੰ ਅਸੀਂ ਜਿਵੇਂ ਫਿਰਨੀ ਆ ਜੀ ਉਵੇਂ ਕਵਰ ਕਰ ਰਹੇ ਹਾਂ। ਅਤੇ ਜਿਵੇਂ ਇੱਧਰ ਅਸੀਂ ਪਾਸ ਦੀ ਫੋਟੋ ਬਣਾਈ ਆ ਜੀ, ਉਸ ਦੇ ਨਾਲ ਕੋਟੇਸ਼ਨ ਵੀ ਲਿਖੀ ਆ ਅਤੇ ਉਹਨਾਂ ਦੀ ਕਵਿਤਾ ਦੀ, ਅਤੇ ਇੱਥੇ ਬਣਾ ਰਹੇ ਹਾਂ ਜੀ, ਇੱਥੇ ਹੀ ਬਾਬਾ ਨਜ਼ਮੀ ਦੀ ਇੱਕ ਕਵਿਤਾ ਨਾਲ ਲਿਖ ਰਹੇ ਹਾਂ, ਅਤੇ ਸਰਬ ਸਾਂਝੀ ਬਾਲਤਾ ਦਾ ਜਿਹੜਾ ਉਪਦੇਸ਼ ਦੇ ਰਹੇ ਹਾਂ। ਅਤੇ ਦੂਸਰੀ ਸਾਈਡ ਜੀ ਪਿੰਡ ਦੇ ਅਸੀਂ ਬਣਾਈ ਆ ਟੈਰੀ ਫੌਕਸ ਦੀ, ਅਤੇ ਉਹ ਵੀ ਇੱਕ ਬੜੀ ਵਧੀਆ ਤਸਵੀਰ ਆ, ਮੋਟੀਵੇਸ਼ਨਲ ਆ ਜੀ। ਅਸੀਂ ਇਹ ਜੀ ਸੋਚਿਆ ਵੀ ਜਿਹੜੇ ਬੱਚੇ ਆ, ਨੌਜਵਾਨ ਆ, ਉਹ ਕਿਤਾਬਾਂ ਨਾਲ ਜੁੜਨ ਜੀ। ਅਤੇ ਪਿੰਡ ਦੇ ਵਿੱਚ ਲਾਇਬ੍ਰੇਰੀ ਆ, ਸਾਨੂੰ ਆਏ ਆ ਵੀ ਜਿਹੜੇ ਬੱਚੇ ਮੋਬਾਈਲਾਂ ਨਾਲ ਜੁੜੇ ਹੋਏ ਆ, ਉਹ ਕਮ ਸੇ ਕਮ ਇਹਨਾਂ ਨੂੰ ਦੇਖ ਕੇ ਪੜ੍ਹ ਕੇ ਲਾਇਬ੍ਰੇਰੀ ਨਾਲ ਜੁੜਨ। ਇਹ ਪੇਂਟਿੰਗ ਬਣਾਉਣ ਦਾ ਸਾਡਾ ਆਈਡੀਆ ਬਹੁਤ ਪੁਰਾਣਾ ਸੀਗਾ ਜੀ। ਸਾਡਾ ਦੋਸਤ ਸਾਡੇ ਤੋਂ ਵਿਛੜ ਗਿਆ ਹਰਦੀਪ, ਅਤੇ ਉਹ ਆਰਟਿਸਟ ਸੀਗਾ, ਉਹ ਕਹਿੰਦਾ ਸੀ ਵੀ ਆਪਾਂ ਕੁਛ ਪੇਂਟਿੰਗਸ ਬਣਾਵਾਂਗੇ ਜਿਹਦੇ ਨਾਲ ਬੱਚਿਆਂ ਨੂੰ ਚੰਗੇ ਸਿਹਤ ਦੇ ਨਾਲ, ਚੰਗੇ ਸੰਸਕਾਰਾਂ ਦੇ ਨਾਲ ਜੁੜਿਆ ਜਾਵੇ, ਅਤੇ ਉਹ ਅਸੀਂ ਹੁਣ ਸ਼ੁਰੂ ਕਰ ਸਕੇ ਹਾਂ। ਅਤੇ ਜਿਹਦੇ ਵਿੱਚ ਅਸੀਂ ਪਹਿਲੇ ਗੇਟ ਦੇ ਵਿੱਚ 10 ਪੇਂਟਿੰਗਸ ਬਣਾ ਰਹੇ ਹਾਂ, ਅਤੇ 10 ਪੇਂਟਿੰਗਸ ਦੇ ਨਾਲ ਅਸੀਂ ਕਾਫੀ ਸਾਰੇ ਹੋਰ ਮਾਟੋ ਵੀ ਲਿਖ ਰਹੇ ਹਾਂ ਪਿੰਡ ਦੇ ਵਿੱਚ। ਉਹਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਆ ਪੇਂਟਿੰਗਸ ਤੋਂ, ਉਹ ਇੱਕ ਸ਼ੇਅਰ ਆ ਸੁਰਜੀਤ ਗੱਗ ਦਾ ਕਿਤਾਬ ਨੂੰ ਲੈ ਕੇ, ਉਹ ਬਣਾਇਆ ਗਿਆ ਗਾ। ਇੱਕ ਚੀਨੀ ਕਹਾਵਤ ਆ, ਉਹ ਪੇਂਟਿੰਗ ਆ। ਮੈਕਸਿਮ ਗੋਰਕੀ ਦਾ ਇੱਕ ਵਿਚਾਰ ਆ ਕਿਤਾਬਾਂ ਬਾਰੇ, ਬਾਬਾ ਨਜ਼ਮੀ ਦਾ ਇੱਕ ਵਿਚਾਰ ਦੇ ਨਾਲ ਟੈਰੀ ਫੌਕਸ ਦੀ ਪੇਂਟਿੰਗ ਆ, ਇੱਕ ਕਰਤਾਰ ਸਿੰਘ ਸਰਾਭਾ ਜਿਹੜੇ ਗਦਰ ਪਾਰਟੀ ਦੇ ਆਗੂ ਨੇ ਉਹਨਾਂ ਦੇ ਨਾਲ ਬੈਠੇ ਵਿਚਾਰ ਵਟਾਂਦਰਾ ਕਰ ਰਹੇ ਨੇ, ਅਤੇ ਨਾਲ ਉਹਨਾਂ ਦੀ ਇੱਕ ਰਚਨਾ ਗੀ ਆ। ਬਾਬਾ ਨਜ਼ਮੀ ਦੀ ਇੱਕ ਰਚਨਾ ਗੀ ਆ, ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ, ਲਹੂ ਤਾਂ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ, ਮੰਦਰ ਮਸਜਿਦ ਦਾ ਕੁਛ ਨਹੀਂ ਜਾਣਾ। ਇਸ ਤਰ੍ਹਾਂ ਦੀਆਂ ਸਦਭਾਵਨਾ ਵਾਲੀਆਂ ਪੇਂਟਿੰਗਸ ਨੇ, ਅਤੇ ਜਿਹੜੀਆਂ ਕਿ ਸ਼ਹੀਦ ਭਗਤ ਸਿੰਘ ਦੀ ਪੇਂਟਿੰਗ ਆ ਕਿਤਾਬ ਨੂੰ ਲੈ ਕੇ, ਗੁਰਪ੍ਰੀਤ ਬਠਿੰਡਾ ਦੀ ਬਣਾਈ ਹੋਈ ਆ, ਉਹ ਬਣਾ ਰਹੇ ਹਾਂ ਅਸੀਂ। ਸੁਰਜੀਤ ਪਾਤਰ ਦੀ ਪੇਂਟਿੰਗ ਆ ਇੱਕ, ਉਹ ਬਣਾ ਰਹੇ ਹਾਂ। ਅਵਤਾਰ ਪਾਸ਼ ਦੀ ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ, ਸਭ ਤੋਂ ਖਤਰਨਾਕ ਉਹਨਾਂ ਦੀ ਬੜੀ ਮਕਬੂਲ ਕਵਿਤਾ ਗੀ ਆ, ਜਿਹੜੀ ਕਿ NCERT ਨੇ ਪਿਛਲੇ ਸਾਲਾਂ ਦੇ ਵਿੱਚ ਉਹਨੂੰ ਸਿਲੇਬਸ ਤੋਂ ਬਾਹਰ ਕੱਢਿਆ ਸੀ ਵੀ ਇਹ ਦੇਸ਼ ਧਰੋਹੀ ਆ, ਇਸ ਤਰ੍ਹਾਂ ਦੀ ਆ, ਜਿਸ ਤਰ੍ਹਾਂ ਦਾ ਹੈ। ਮੋਟਿਵ ਇਹੀ ਸੀਗਾ ਜੀ ਵੀ ਇਹ ਲਾਇਬ੍ਰੇਰੀ ਦੇ ਨਾਲ ਜੋੜਨ ਦੇ ਲਈ, ਜਿਹੜੇ ਕਿ ਪਾਠਕ ਨੇ, ਪਿੰਡ ਵਾਸੀ ਨੇ, ਬੱਚੇ ਨੇ, ਉਹਨਾਂ ਨੂੰ ਅਟਰੈਕਟ ਕਰਨਗੀਆਂ, ਕਰ ਵੀ ਰਹੀਆਂ ਨੇ। ਸਾਨੂੰ ਬਹੁਤ ਸਾਰੇ ਲੋਕ ਹੋਰ ਕਹਿ ਰਹੇ ਨੇ ਵੀ ਸਾਡੇ ਇੱਧਰ ਏਰੀਏ ਦੇ ਵਿੱਚ ਬਣਾਓ, ਗਰਾਊਂਡ ਦੇ ਵਿੱਚ ਬਣਾਓ। ਗ੍ਰਾਮ ਪੰਚਾਇਤ ਦਾ ਵੀ ਸਾਨੂੰ ਸਹਿਯੋਗ ਆ, ਉਹ ਕਹਿੰਦੇ ਗਰਾਊਂਡ ਦੇ ਵਿੱਚ ਬਣਾਓ ਤੁਸੀਂ, ਅਤੇ ਜਿਹੜੇ ਪਲੇਅਰਸ ਨੇ ਉਹਨਾਂ ਦੀਆਂ ਪੇਂਟਿੰਗਸ ਬਣਾਈਆਂ ਜਾਣ, ਨਾਲ ਜਿਹੜੇ ਮੋਟੀਵੇਸ਼ਨਲ ਸ਼ੇਅਰ ਨੇ
तो चंगीआं रचनावां ने वो ना लिखियां जाण। बहुत ज़्यादा वधिया हंगारा मिलिया जी सानू, बहुत सारे लोग आ जिहड़े कह रहे वी साडी कंध ते बनाओ, इत्थे बना दो, पर इह आ वी थोड़ा जिवें बजट की अपनी समस्या हुंदी आ, तां असीं फिलहाल 10 पेंटिंग्स ही बना रहे हां। जे सहयोग रहिंदा तां असीं अगले गेड़ दे विच होर पेंटिंग्स भी बनावांगे। इस मामले ते पिंड वासी दर्शन सिंह ने कहा कि नौजवानों वल्लों कीता गया ए काम बहुत चंगा है अते इस नाल नौजवान पीढ़ी किताबां अते साहित्य नाल जुड़ेगी। नाल ही उन्होंने कहा कि उन्होंने प्रबंधकां नूं उन्हां दे घर दी कंध ते पेंटिंग बनाउण लई कहा है। ए वी लोक आउण वाले जिहड़ी छोटी जनरेशन आ उह मोबाइल नाल वध जुड़ी पई आ, इन्हां दा ए उपराला वी किताबां नाल जोड़न इक चंगा संदेश जाऊगा। जो महामारी दे लोक इधर मोबाइलां जां होर पासे लगे हुए आ तो किताबा जो ज्ञान आता। हाँ जी, साढ़े पेंटिंग कोई 10-15 है, 5-7 थावां ते पेंटिंग वधिया थावां ते असीं इन्हां नूं आप कहा जी पेंटिंग कर लो जिहड़ी चीज़ मर। नौजवानां नूं साहित्य ते विरसे नाल जोड़न लई कीते गए ए उपराले दी इलाके च शलाघा हो रही है। न्यूज़ डेस्क तों हरमन जंडू दे नाल ब्यूरो रिपोर्ट, वॉइस ऑफ पंजाब, बरनाला।